मोगा के नजदीकी पिंड मेहरों का रहने वाला 29 साल नौजवान जो बचपन तो ही पोलियो का शिकार है ने जिंदगी तो हार नहीं मनी। प्लस टू की सिक्ख्या हासिल करने तो बाद सोशल मीडिया से उसने अपनी तरह कई नौजवानों व्हील चेयर से बैठ के क्रिकेट खेलते देखा तो उसके मन में भी क्रिकेट खेलने की इच्छा उत्पन्न हुई। उसने व्हील चेयर क्रिकेट एसोसिएशन के प्रधान वीर संधु नाल संपर्क किया और चंडीगढ़ पहुंचा जिथे उसने क्रिकेट खेलने की प्रैक्टिस शुरू की। कुछ ही महीनों की मेहनत के बाद साल 2019 उसने पहला मैच खेलिया जिस विच भारतीय टीम ने उत्तर प्रदेश की टीम हराया। इस मैच विच 49 रन बना के मैन ऑफ द मैच दा सेरा अपने सिर बन्नेया। उत्थे निर्मल सिंह ने गल करदे कहा कि पढ़ाई करने दे बाद उसने क्रिकेट खेलना शुरू कर दिता सी। आज तक उसने 20 दे करीब मैच खेले हन अते कोलकाता विच एक इंटरनेशनल मैच बंगलादेश अते नेपाल दे नाल खेलिया है, लेकिन अज तक सरकार वल्लों उसनू कोई भी मदद नहीं मिली। अज ओह दुध वेच के अपने घर दा गुजारा कर रहा है। निर्मल अपाहिज होने के नाते कुदरत की बहुत वड्डी मार पई है, ਤੁਸੀਂ ਕ੍ਰਿਕਟ ਦੇ ਪਲੇਅਰ ਵੀ ਹੋ, ਕਿਵੇਂ ਇੱਥੋਂ ਤੱਕ ਪਹੁੰਚੇ ਔਰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਸਰ ਮੈਂ ਬਚਪਨ ਤੋਂ ਮੈਨੂੰ ਪੋਲੀਓ ਹੋ ਗਿਆ ਸੀਗਾ ਅਤੇ 5 ਸਾਲ ਦੇ ਨੂੰ ਉਸ ਤੋਂ ਬਾਅਦ ਮੈਂ ਪੜ੍ਹਾਈ ਕੀਤੀ ਪਲੱਸ ਟੂ ਤੱਕ। ਪਲੱਸ ਟੂ ਤੋਂ ਬਾਅਦ ਇੱਕ 6 ਮਹੀਨੇ ਦਾ ਕੋਰਸ ਕੀਤਾ ਰੈੱਡ ਕਰਾਸ ਤੋਂ ਅਤੇ ਘਰ ਦੀ ਗਰੀਬੀ ਹੋਣ ਕਰਕੇ ਫਾਦਰ ਸਾਹਿਬ ਫੋਰਨ ਗਏ ਸੀਗੇ ਕੰਮ ਕਰਨ ਕਿਸੇ, ਅਤੇ ਉਹਨਾਂ ਦੇ ਕੋਈ ਉੱਧਰ ਅਚਾਨਕ ਕੇਸ ਪੈ ਗਿਆ ਜਿਹਦੇ ਵਿੱਚ ਉਹਨਾਂ ਅੱਜ 16 ਸਾਲ ਉੱਧਰ ਬੰਦ ਹੋ ਗਏ ਨੇ। ਪਰ ਘਰ ਦੀ ਗਰੀਬੀ ਸੀਗੀ ਫਸਟ ਟਾਈਮ, ਪਹਿਲਾਂ ਮੈਂ ਦੂਜਾ ਉਹ ਪੋਲਿਸ਼ ਦਾ ਕੰਮ ਕਰਦਾ ਸੀਗਾ ਫਰਨੀਚਰ ਦੇ ਵਿੱਚ, ਫਰਨੀਚਰ ਲਾਈਨ 'ਚ ਆਇਆ ਅਤੇ ਹੌਲੀ ਹੌਲੀ ਚਲੋ ਮਤਲਬ ਮੋਬਾਈਲ ਯੂਜ਼ ਕਰਦੇ ਫੇਸਬੁੱਕ 'ਤੇ ਦੇਖਿਆ ਮੈਂ ਕ੍ਰਿਕਟ ਖੇਡਦੇ ਹੋਏ ਆਪਣੇ ਵਰਗੇ ਅੰਗਹੀਨ, ਅਤੇ ਉਸ ਤੋਂ ਬਾਅਦ ਮੇਰਾ ਵੀਰ ਸੰਧੂ ਜੀ ਨਾਲ ਕੰਟੈਕਟ ਹੋਇਆ ਸੀਗਾ ਜੋ ਸਾਡੇ ਪੰਜਾਬ ਟੀਮ ਦੇ ਕੈਪਟਨ ਨੇ, ਅਤੇ ਉਹਨਾਂ ਦੇ ਜ਼ਰੀਏ ਮੈਂ ਟਰਾਇਲ ਦਿੱਤਾ ਪੰਜਾਬ ਟੀਮ ਲਈ ਅਤੇ ਮੈਂ ਪੰਜਾਬ 'ਚ ਸਿਲੈਕਟ ਹੋਇਆ ਅਤੇ ਇੱਦਾਂ ਇਸ ਚੱਕਰ ਦੇ ਵਿੱਚ ਅੱਜ ਮੈਂ ਇੰਟਰਨੈਸ਼ਨਲ ਮੈਚ ਵੀ ਖੇਡੇ ਹੋਇਆ ਇੰਡੀਆ ਵੱਲੋਂ ਵੀ, ਇਸ ਤਰ੍ਹਾਂ ਮੇਰਾ ਕ੍ਰਿਕਟ ਦੇ ਵਿੱਚ। ਕਿੰਨੀ ਕੁ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਾਂ ਪਹਿਲਾਂ ਲੱਗਦਾ ਸੀਗਾ ਤੁਸੀਂ ਖੇਡ ਸਕਦੇ ਹੋ ਜਾਂ ਸ਼ੁਰੂ ਤੋਂ? ਸਰ ਮੁਸ਼ਕਲਾਂ ਤਾਂ ਕਾਫੀ ਆਈਆਂ ਕਿਉਂਕਿ ਪਹਿਲਾਂ ਵੀਲ ਚੇਅਰ ਨੂੰ ਯੂਜ਼ ਕਰਨਾ, ਕਿੱਦਾਂ ਚਲਾਉਣੀ, ਕਿੱਦਾਂ ਉਹਨੂੰ ਸਿੱਖਣਾ ਇੱਕ ਬਹੁਤ ਵੱਡੀ ਗੱਲ ਆ। ਫਿਰ ਹੌਲੀ ਹੌਲੀ ਬਹਿ ਕੇ ਵੀਲ ਚੇਅਰ 'ਤੇ ਬੈਟਿੰਗ ਕਰਨੀ, ਬੋਲਿੰਗ ਕਰਨੀ, ਹਰ ਤਰ੍ਹਾਂ ਦੀ ਫੀਲਡਿੰਗ ਕਰਨੀ, ਸਭ ਕੁਛ ਕਰਨਾ ਪਿਆ। ਬੜੀਆਂ ਮੁਸ਼ਕਲਾਂ ਆਈਆਂ ਪਰ ਅੱਜ ਨਹੀਂ ਲੱਗ ਰਿਹਾ ਕਿ ਅੱਜ ਸਾਰੀਆਂ ਮੁਸ਼ਕਲਾਂ ਆਸਾਨ ਲੱਗ ਰਹੀਆਂ। ਸਹਿਯੋਗ ਕਿੰਦਾ ਰਿਹਾ ਮੇਨ ਇਹਦੇ ਵਿੱਚ, ਥੋੜ੍ਹੀ ਹੈਲਪ ਕਿੰਨੇ ਕੀਤੀ? ਸਰ ਇਹ ਅੱਜ ਸਾਡੇ ਜਿਹੜਾ ਮਤਲਬ ਇਹਦੇ ਵਿੱਚ ਸੰਯੋਗ ਸਾਡੇ ਜਿਹੜੀ ਪੰਜਾਬ ਟੀਮ ਦੀ ਸੰਯੋਗ ਸਾਡੇ ਬਾਬਾ ਗੁਰਮੀਤ ਸਿੰਘ ਜੀ ਆ ਖੋਸਿਆਂ ਤੋਂ ਮੋਗੇ ਨਾਲ, ਅਤੇ ਬਾਕੀ ਉੱਪਰ ਮਹਾਰਾਜ ਦਾ ਸਪੋਰਟ ਆ ਸਾਨੂੰ ਹਾਲੇ ਤੱਕ, ਘਰਦਿਆਂ ਦੀ ਸਪੋਰਟ ਆ, ਹੋਰ ਨਹੀਂ ਕਿਸੇ ਦੀ। ਸਰਕਾਰ ਨੇ ਬਾਹ ਫੜੀ ਕਿਸੇ ਤਰ੍ਹਾਂ ਦੀ, ਕੋਈ ਤੁਹਾਡੇ ਕੋਈ ਹੈਲਪ ਕੀਤੀ ਕਿਸੇ ਤਰ੍ਹਾਂ ਦੀ ਨੌਕਰੀ ਵਗੈਰਾ? ਨਹੀਂ, ਸਰਕਾਰ ਵੱਲੋਂ ਕੋਈ ਸਹੂਲਤ ਨਹੀਂ ਸਰ। ਸਰਕਾਰ ਵੱਲੋਂ ਤਾਂ ਦੇਖਾ ਕੀਤਾ ਹੋਇਆ ਇੱਕ ਹਿਸਾਬ ਦਾ, ਸਾਨੂੰ ਹਾਲੇ ਤੱਕ ਕੋਈ ਮਦਦ ਨਹੀਂ, ਕੋਈ ਨਹੀਂ, ਮੰਨ ਲਓ ਕਿ ਮੈਨੂੰ ਆਪਦੇ ਜ਼ਿਲ੍ਹੇ ਤੋਂ ਵੀ ਕੋਈ ਮਦਦ ਨਹੀਂ ਮਿਲੇਗੀ, ਨਾ ਕੋਈ ਸਾਨੂੰ ਅਜੇ ਪੰਜਾਬ ਸਰਕਾਰ ਵੱਲੋਂ ਹੋਈ ਹੈ। ਜਿਹੜੇ ਹੋਰ ਖਿਡਾਰੀ ਨੇ ਉਹ ਵੀ ਤੁਹਾਡੇ ਤਰ੍ਹਾਂ ਹੀ ਇਸ ਤਰ੍ਹਾਂ ਵੀ ਗਰੀਬ ਪਰਿਵਾਰਾਂ ਦੇ ਨੇ? ਸਾਰੇ ਸਰ ਜਿੰਨੇ ਸੀ, ਜਿੰਨੇ ਪਲੇਅਰ ਰਹਿੰਦੇ ਆ ਸਾਰੇ ਨੋਰਮਲ ਫੈਮਿਲੀਆਂ ਤੋਂ, ਠੀਕ ਆ, ਕਿਸੇ ਨੂੰ ਵੀ ਕੋਈ ਹਜੇ ਤੱਕ ਰੁਜ਼ਗਾਰ ਦਾ ਸਾਧਨ ਨਹੀਂ ਬਣਿਆ। ਜਿੰਨੇ ਖੇਡ ਦਾ ਸਮਾਨ ਆ ਉਹ ਫਿਰ ਤੁਹਾਨੂੰ ਕਿੱਥੋਂ ਮੋਹੀਆ? ਸਰ ਖੇਡ ਦਾ ਸਮਾਨ ਸਾਡੇ ਜੋ ਵੀ ਕੈਪਟਨ ਵੀਰ ਸਿੰਘ ਸੰਧੂ ਜੀ ਆ, ਉਹ ਉਹਨਾਂ ਦੀ ਸਾਰੀ ਜ਼ਿੰਮੇਵਾਰੀ ਆ, ਉਹ ਸਭ ਕਰਦੇ ਆ। ਕਿੰਨੇ ਕੁ ਮੈਚ ਹੁਣ ਤੱਕ ਖੇਡੇ ਤੇ ਕਿੰਨੇ ਕੁ ਜਿੱਤ ਪ੍ਰਾਪਤ? ਸਰ ਅਸੀਂ ਹੁਣ ਤੱਕ ਪੰਜਾਬ ਟੀਮ ਨੇ ਪਿਛਲੀ ਵਾਰ ਚੈਂਪੀਅਨ ਰਹੀ ਹੈ ਅਤੇ ਹੁਣ ਤੱਕ ਇਹ 21 ਮੈਚ ਖੇਡਿਆ ਅਤੇ 21 ਦੇ 21 ਜਿੱਤੇ ਹੋਏ, ਅੱਜ ਤੱਕ ਪੰਜਾਬ ਟੀਮ ਹਾਰੀ ਨਹੀਂ ਹੈਗੀ। ਵਿਸ਼ੇਸ਼ ਇਨਾਮ ਵਗੈਰਾ ਮਿਲਦੇ ਨੇ ਗੇਮ ਦੇ ਵਿੱਚ? ਹਾਂਜੀ ਸਰ, ਕ੍ਰਿਕਟ ਦੇ ਵਿੱਚ ਟੀਮ ਨੂੰ ਮਿਲਦੇ ਨੇ? ਹਾਂਜੀ ਸਰ, ਜਿੱਦਾਂ ਮਤਲਬ ਇੱਕ ਵਧੀਆ ਬੈਟਿੰਗ ਕਰਨ ਦੇ, ਜੇ ਆਪਾਂ ਵਧੀਆ ਬੈਟਿੰਗ ਕਰਦੇ ਹਾਂ ਤਾਂ ਮੈਨ ਆਫ ਦਾ ਮੈਚ ਮਿਲਦਾ, ਉਹਦੇ ਵਿੱਚ ਕੁਛ ਥੋੜ੍ਹੇ ਪੈਸੇ ਵੀ ਹੁੰਦੇ ਆ, ਟਰੋਫੀ ਹੁੰਦੀ ਆ, ਵਧੀਆ ਬੈਟ ਬੋਲਿੰਗ ਵਾਲੇ ਨੂੰ ਮਿਲਦੀ ਆ, ਅਤੇ ਇੱਦਾਂ ਸਾਨੂੰ ਮਾਣ ਸਨਮਾਨ ਮਿਲ ਜਾਏ ਵੱਡੀ ਟੀਮ ਨੂੰ ਬਹੁਤ। ਹਾਂ ਉਹ ਵੱਡਾ ਉਹ ਥੋੜ੍ਹਾ ਪ੍ਰਾਈਜ਼ ਹੁੰਦਾ ਪਰ ਪ੍ਰਾਈਜ਼ ਮਿਲਦਾ ਇਹਦੇ ਵਿੱਚ। ਵੱਡੀ ਟੀਮ ਨੂੰ ਤਾਂ ਬਾਹਲਾ ਮਾਣ ਸਨਮਾਨ ਦਿੰਦਾ, ਕਰੋੜਾਂ ਰੁਪਈਏ ਬਣਾ ਜਾਂਦੇ ਨੇ ਉਹ ਖਿਡਾਰੀ। ਹਾਂਜੀ, ਤੁਹਾਡੀ ਟੀਮ ਦੇ ਜਿਹੜੇ ਖਿਡਾਰੀ ਨੇ ਉਹਨਾਂ ਨੂੰ ਕਿੰਨਾ ਕੁ ਸਹਿਯੋਗ ਰਿਹਾ? ਨਹੀਂ ਸਰ, ਇੱਦਾਂ ਕਰੋੜਾਂ 'ਚ ਨਹੀਂ ਅਸੀਂ ਕਹਿ ਸਕਦੇ ਕਿ ਇੱਦਾਂ, ਯਾਨੀ ਕਿ ਥੋੜ੍ਹੇ ਹੈਗੇ ਆ, ਜ਼ਿਆਦਾ ਨਹੀਂ ਹੈਗੀ ਕੋਈ। ਸਰਕਾਰ ਵੱਲੋਂ ਸਹਿਯੋਗ ਕਿਸੇ ਤਰ੍ਹਾਂ ਮਿਲ ਰਿਹਾ, ਕੋਈ ਨੌਕਰੀ ਵਗੈਰਾ ਕਿਸੇ? ਨਹੀਂ ਸਰ, ਸਰਕਾਰ ਵੱਲੋਂ ਤਾਂ ਕੁਛ ਨਹੀਂ ਅਜੇ ਤੱਕ, ਕੋਈ ਰਿਸਪੋਂਸ ਕੁਛ ਵੀ ਨਹੀਂ ਇਸ ਤਰ੍ਹਾਂ ਦਾ, ਕੋਈ ਮਤਲਬ ਕੋਈ ਇੱਕ ਝਾਕ ਵੀ ਨਹੀਂ ਅਜੇ ਤੱਕ ਸਰਕਾਰ ਵੱਲੋਂ ਕੋਈ ਸਾਨੂੰ ਕੁਝ ਦੇ ਦੇਵੇ, ਕੋਈ ਪੁੱਛ ਨਹੀਂ ਰਿਹਾ ਕਿ ਜਾਣੀ। ਸਰ ਮੈਂ ਸਰਕਾਰ ਨੂੰ ਇੱਕੋ ਇੱਕ ਮੰਗ ਕਰਦਾ ਕਿ ਮੇਰੀ ਇਹੀ ਬੇਨਤੀ ਹੱਥ ਜੋੜ ਕੇ, ਸਭ ਤੋਂ ਪਹਿਲਾਂ ਤਾਂ ਜੋ ਵੀ ਅੰਗਹੀਣ ਬੰਦੇ ਆ ਉਹਨਾਂ ਬਾਰੇ ਸੋਚਿਆ ਜਾਵੇ। ਅੱਜ ਸਰਕਾਰ ਸਾਨੂੰ 750 ਪੈਨਸ਼ਨ ਦਿੰਦੀ ਆ, 750 ਨਾਲ ਕੋਈ ਗੁਜ਼ਾਰਾ ਨਹੀਂ ਹੁੰਦਾ। ਪਹਿਲੀ ਗੱਲ ਤਾਂ ਕਿ ਜੇ ਪੈਨਸ਼ਨ ਦੇਣੀ ਆ ਕਿ ਇੱਕ ਇਹ ਮਜ਼ਾਕ ਨਾ ਕੀਤਾ ਜਾਵੇ ਹੈਂਡੀਕੈਪ ਪਰਸਨ ਨਾਲ, ਉਹਨੂੰ ਘੱਟੋ ਘੱਟ 3,035 ਰੁਪਏ ਮਹੀਨਾ ਪੈਨਸ਼ਨ ਹੋਵੇ। ਦੂਜੀ ਗੱਲ ਆ ਉਹਦੀ ਯੋਗਤਾ ਦੇ ਅਨੁਸਾਰ ਉਹਨੂੰ ਕੋਈ ਨਾ ਕੋਈ ਜੋਬ ਦਿੱਤੀ ਜਾਵੇ ਜਾਂ ਉਹ ਆਪਦਾ ਘਰ ਚਲਾ ਸਕੇ। ਗੁਜ਼ਾਰਾ ਕਿਵੇਂ ਕਰੇਗਾ? ਸਾਡਾ ਗੁਜ਼ਾਰਾ ਦੁੱਧ। ਹਾਂਜੀ ਸਰ। ਮਾਤਾ ਜੀ, ਨਿਰਮਲ ਸਿੰਘ ਬਚਪਨ ਤੋਂ ਹੀ ਅੰਗਹੀਨ ਸੀਗਾ ਅਤੇ ਚੱਲ ਫਿਰ ਨਹੀਂ ਸਕਦਾ ਹੈਗਾ, ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਉਹਨੂੰ ਪੜ੍ਹਾਉਣ ਲਿਖਾਉਣ 'ਚ ਇਹ ਮੁਕਾਮ ਪਹੁੰਚਾਉਣ ਲਈ? ਮੁਸ਼ਕਲ ਬਹੁਤ ਵੀਰ ਜੀ ਆਈ ਆ, ਪੜ੍ਹਾਉਣ ਦੀ ਵੀ ਬਹੁਤ ਆਈ ਆ,
ਦਿੱਕਤਾਂ ਆਉਂਦੀਆਂ ਰਹੀਆਂ, ਬੱਸਾਂ ਇਹਨੂੰ ਛੱਡ ਕੇ ਆਉਣਾ, ਮਸਾਂ ਹੀ ਇਹਨੇ ਉੱਥੋਂ ਆਉਣਾ, ਆਉਣ ਜਾਣ ਦਾ ਬਹੁਤ ਇਹਨੂੰ ਹੋਇਆ। ਬਾਕੀ ਫਿਰ ਇਹਨੂੰ ਹੌਲੀ ਹੌਲੀ ਟਰੈਕ ਸਾਈਕਲ ਮਿਲਿਆ, ਇੱਕ ਮਿਲਿਆ ਸੀਗਾ। ਉਸ ਤੋਂ ਬਾਅਦ ਇਹਨੂੰ ਵਿਚਾਰੇ ਨੂੰ ਹੌਲੀ 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 ਜਾਣਦੀ ਪਲੱਸ ਟੂ ਤੱਕ ਮੈਂ ਕਰਵਾ ਗਾਂ, ਮੈਂ ਇੱਥੋਂ ਪੜ੍ਹਵਾਇਆ ਨਹੀਂ ਗਿਆ ਗਾ ਗਾਂ, ਕਿਉਂ ਮੇਰੇ 'ਚ ਹਿੰਮਤ ਨਹੀਂ ਸੀ, ਗਾਂ ਮੈਂ ਨਹੀਂ ਪੜ੍ਹਾ ਸਕੀ, ਮੈਂ ਕਮਜ਼ੋਰੀ ਸੀ। ਗੇਮ ਦਾ ਸ਼ੌਂਕ ਇਹਨੂੰ, ਗੇਮ ਦਾ ਸ਼ੌਂਕ ਇਹਨੂੰ ਵੀਰ ਜੀ ਨਿੱਕੇ ਹੁੰਦੇ ਤੋਂ ਸੀਗਾ, ਵੀ ਹਾਂ 'ਚ ਇਹਨੇ ਬੈਟ ਨਾਲ ਖੇਡਣਾ, ਇਹਨੂੰ ਮੈਂ ਬਹੁਤ ਕਹਿਣਾ, ਮੈਂ ਕਹਿਣਾ ਤੂੰ ਕਿੱਥੋਂ ਖੇਡ ਲੇਂਗਾ, ਇਹਨੇ ਕਹਿਣਾ ਨਹੀਂ ਮਾਤਾ ਮੈਂ ਖੇਡਣਾ, ਮੈਂ ਇਹ ਜਾਣੀ ਦੀ ਵੱਡੇ ਮੁੰਡਿਆਂ ਨਾਲ ਬਹੁਤ ਖੇਡਦਾ ਸੀ, ਅਤੇ ਪਰ ਜੇ ਖੇਡਦਾ ਸੀ ਅੱਜ ਇਹਦੀ ਮਿਹਨਤ ਮਹਾਰਾਜ ਨੇ ਪੱਲੇ ਪਾ ਤੀ ਅਤੇ ਬਹੁਤ ਵਧੀਆ ਖੇਡਦਾ। ਖੇਡਾਂ ਵੱਲ ਜਦੋਂ ਲਿਆਂਦਾ ਜੀ ਉਦੋਂ ਵੀ ਕੋਈ ਮੁਸ਼ਕਲਾਂ ਆਈਆਂ ਜੀ? ਹਾਂਜੀ ਬਹੁਤ ਆਈਆਂ, ਇਹਨੇ ਇੱਥੋਂ ਜਾਣਾ ਚੰਡੀਗੜ੍ਹ ਨੂੰ, ਇਹਨੂੰ ਇੱਥੋਂ ਇਹਦੇ 11 ਦੋਸਤਾਂ ਨੇ ਛੱਡ ਕੇ ਆਉਣਾ, 11 ਦੋਸਤਾਂ ਨੇ ਫਿਰ ਇਹਨੂੰ ਫੋਨ, ਜਦੋਂ ਬੱਸ ਤੋਂ ਉਤਰਨਾ ਇਹਨੇ ਫੋਨ ਕਰਨਾ, 11 ਦੋਸਤਾਂ ਨੇ ਲੈ ਕੇ ਆਉਣਾ, ਬਹੁਤ ਸਪੋਰਟ ਕਰਦੇ ਯਾਰ ਦੋਸਤ, ਐਂ ਮੁਸ਼ਕਲਾਂ ਬਹੁਤ ਹੁੰਦੀਆਂ ਜੀ। ਹੁਣ ਵੱਡੀ ਟੀਮ 'ਚ ਖੇਡਦਾ ਜੀ? ਹਾਂਜੀ ਵੱਡੀ ਟੀਮ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਹੁੰਦਾ ਜੀ ਵੀਰ ਜੀ। ਹਾਂਜੀ ਗੁਜ਼ਾਰਾ ਕਿਵੇਂ ਚੱਲਦਾ? ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਦਾ ਵੀਰ ਜੀ, ਦੁੱਧ ਪਾਣੀ ਨਾਲ ਹੀ। ਹਾਂਜੀ ਪਰਿਵਾਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਹੈਗਾ ਜੀ? ਨਹੀਂ ਜੀ ਹੋਰ ਕੋਈ ਨਹੀਂ, ਨਿੱਕਾ ਬੇਟਾ ਉਹ ਛੋਟਾ। ਹਾਂਜੀ ਕੀ ਸਰਕਾਰਾਂ ਤੋਂ ਕੀ ਅਪੀਲ ਹੈ ਜੀ, ਕੀ ਮੰਗ ਕਰਦੇ? ਸਰਕਾਰ ਤੋਂ ਇਹ ਹੈ ਵੀ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਵੀਰ ਜੀ, ਅਤੇ ਕੋਈ ਇਹਨਾਂ ਨੂੰ ਅਗਾਂਹ ਖੇਡਾਂ ਦਾ ਹੋਰ ਮਾਣ ਸਨਮਾਨ ਹੋਵੇ, ਇਹਨਾਂ ਦਾ ਕੋਈ ਹੌਸਲਾ ਵਧੇ, ਜਿਹਦੇ ਨਾਲ ਇਹ ਹੋਰ ਖੇਡਣਾ, ਮਿਹਨਤ ਕਰਦੇ ਬਥੇਰੀ, ਬਹੁਤ ਜ਼ਿਆਦਾ ਮਿਹਨਤ ਕਰਦੀ ਹੈ। ਸਰਕਾਰ ਨੇ ਹੁਣ ਤੱਕ ਕੋਈ ਸਹਿਯੋਗ ਦਿੱਤਾ ਇਹਨੂੰ? ਨਹੀਂ ਜੀ ਸਹਿਯੋਗ ਕੋਈ ਨਹੀਂ ਦਿੱਤਾ ਜੀ। ਕੀ ਮੰਗ ਕੀ ਕਰਦੇ ਹੋ, ਕਿਸ ਤਰ੍ਹਾਂ ਦੀ ਮੰਗ? ਅਸੀਂ ਇਹਨਾਂ ਨੂੰ ਇਹੀ ਕਹਿੰਦੇ ਹਾਂ ਸਰਕਾਰ ਨੂੰ ਵੀ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਕੋਈ ਗਾਂਹ ਖੇਡਾਂ ਦਾ ਸਮਾਨ ਦਿੱਤਾ ਜਾਵੇ, ਕੋਈ ਇਹਨਾਂ ਨੂੰ ਗਰਾਊਂਡ ਦਿੱਤਾ ਜਾਵੇ ਮੋਗੇ ਜ਼ਿਲ੍ਹੇ 'ਚ। ਅਤੇ ਖੇਡਾਂ ਦੇ ਵਿੱਚ ਕਿੰਨਾ ਸਹਿਯੋਗ ਮੰਨਦੇ ਹੋ ਜਿਹੜਾ ਆਮ ਇਹਨਾਂ ਤੁਹਾਡੇ? ਬਹੁਤ ਜੀ। ਵੀ ਕਿਹਨਾਂ ਨੇ ਸਹਿਯੋਗ ਦਿੱਤਾ? ਸਹਿਯੋਗ ਇਹਨਾਂ ਦੇ 11 ਦੋਸਤਾਂ ਨੇ ਦਿੱਤਾ ਜੀ, ਜਾਂ ਉੱਥੋਂ ਦੇ ਵੀਰ ਸੰਧੂ ਨੇ ਵੀਰ ਜੀ। ਹਾਂਜੀ ਵੀਰ ਸੰਧੂ ਬਹੁਤ ਕਰਦਾ, ਜਾਂ ਉਸ ਤੀਜਾ ਹੀ ਪੁੱਤ ਬਣਿਆ ਮੈਂ, ਮੇਰਾ ਬਹੁਤ ਜ਼ਿਆਦਾ ਕਰਦਾ। ਹਾਂਜੀ ਦੁਖੀ ਭੈਣ ਭਰਾਵਾਂ ਦੇ ਮਸੀਹਾ, ਪੰਜਾਬ ਦੇ ਮਸ਼ਹੂਰ ਜੋਤਿਸ਼, 50 ਸਾਲਾਂ ਦਾ ਮਹਾਨ ਤਜਰਬਾ, ਸਵਾਮੀ ਸ਼ੁਕਰਾਚਾਰੀਆ, ਮਾਂ ਕਾਲੀ ਉਪਾਸਕ, ਤਾਂਤਰਿਕ ਵਿਧੀ ਨਾਲ ਪਾਓ 100% ਗਾਰੰਟੀ ਨਾਲ ਹਰ ਪਰੇਸ਼ਾਨੀ ਦਾ ਹੱਲ, ਪਤੀ ਪਤਨੀ 'ਚ ਝਗੜਾ, ਪ੍ਰੇਮ ਵਿਆਹ 'ਚ ਰੁਕਾਵਟ, ਸੌਧਨ ਦੁਸ਼ਮਣ ਦਾ ਖਾਤਮਾ, ਵਿਦੇਸ਼ 'ਚ ਪੱਕਾ ਹੋਣਾ, ਕੀਤਾ ਕਰਾਇਆ, ਗੁਪਤ ਵਸ਼ੀਕਰਨ ਕਰਾਓ, ਰੁੱਸੇ ਪ੍ਰੇਮੀ ਪ੍ਰੇਮਿਕਾ ਨੂੰ ਆਪਣੇ ਬਸ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ, ਸੰਪਰਕ ਕਰੋ 98 729 0 14 31।